ਅਸੀਂ ਬਾਰਡਰ ਤੋਂ 10 ਕਿਲੋਮੀਟਰ ਇੱਧਰ ਖੜੇ ਸੀ ਜੀ ਤੇ ਬਾਈ ਹੋਰੀ ਆਏ ਵੀ ਸਾਡੀ ਇੱਕ ਨਿਊਜ਼ ਪਾਓ ਕੀ ਗੱਲਬਾਤ ਹੈ ਤੁਸੀਂ ਕੀ ਕਹਿ ਰਹੇ ਜੋ ਪਹਿਲਾਂ ਸਵੇਰੇ ਨਾ 11 ਵਜੇ ਦੇ ਹਰਿਆਣੇ ਦੇ ਮੁੰਡੇ ਆ ਗਏ ਤੇ ਪਰਾਂ ਬਾਰਡਰ ਤੋਂ ਠੀਕ ਹੈ ਉਹਨਾਂ ਨੇ ਕਿੱਲ ਫੜਦੇ ਤੇ ਉਹ ਪੱਟ ਦਿੰਦੇ ਕਿੱਲ ਪੱਟ ਰਹੇ ਸੀ ਬਾਰਡਰ ਕਿੱਲ ਧਰਤੀ ਦੇ ਵਿੱਚ ਨਾ ਸਰਾਖ ਮਾਰ ਮਾਰ ਕੱਢੇ ਹੋਏ ਨੇ ਪਹਿਲ ਤੋਂ ਅੱਥਰੂ ਕਹਿੰਦਾ ਗੋਲਾ ਸਿੱਟਦੇ ਦੂਜਾ ਸਿੰਪਲ ਆ ਸਿੰਪਲ ਉਹ ਕੋਈ ਕੁਝ ਨਹੀਂ ਕਰਦਾ ਨੁਕਸਾਨ ਨਹੀਂ ਕਰਦਾ ਅੱਥਰੂ ਜਾ ਕੇ ਪਰਾਂ ਸਿੱਟਦਾ ਇਹਨੂੰ ਅੱਛਾ ਸਾਈਡਾਂ ਤੇ ਕਣਕ 'ਚ ਪਾਣੀ ਲਵਾ ਰੱਖਿਆ ਗਵਰਨਮੈਂਟ ਨੇ ਅੱਛਾ ਸਾਈਡਾਂ ਕਣਕ ਭਰੀ ਪਈ ਹੈ ਉਹ ਕਣਕ ਸਿੱਟਦੇ ਫਿਊਜ਼ ਹੋ ਜਾਂਦੀ ਹੈ ਹੁਣ ਉਹ ਸਿੱਧਾ ਲੱਤਾਂ ਦੇ ਮਾਰਨ ਲੱਗ ਗਏ ਠੀਕ ਹੈ ਜੋ ਲੱਤ ਕਿਸੇ ਬਾਹ ਤੇ ਮਾਰੇ ਲੱਤ ਤੇ ਮਾਰਾ ਲੋਕਾਂ ਨੂੰ ਨੁਕਸਾਨ ਹੋ ਰਿਹਾ ਇੱਕੋ ਹੈ ਕੌੜੇ ਨੇ ਅੱਖਾਂ ਬਹੁਤ ਅਸੀਂ ਉੱਥੋਂ ਨਿਕਲ ਕੇ ਆਏ ਆ ਅੱਖਾਂ ਭਰਦੇ ਨੇ ਸਾਹ ਭਰਦੇ ਨੇ ਬੰਦੇ ਸਾਹ ਨਹੀਂ ਆਉਂਦਾ ਬੰਦੇ ਡਿੱਗ ਜਾਂਦੇ ਵਿੱਚ ਉੱਥੇ ਬੇਹੋਸ਼ ਹੋ ਜਾਂਦੇ ਹਾਂ ਬੇਹੋਸ਼ ਹੋਏ ਬੰਦੇ ਹੁਣ ਜਿਹੜੇ ਲੋਕ ਨੇ ਉਰੇ ਮੌਕੇ ਦੇ ਏਰੀਏ ਦੇ ਇੱਕ ਉਰ ਸਿੱਧੂਪੁਰ ਜੁਨੀਆ ਨੇ ਦੂਰੋਂ ਆਈ ਹੈ ਉਹਨਾਂ ਦਾ ਉਰੇ ਏਰੀਏ ਦਾ ਭੇਤ ਨਹੀਂ ਹੈਗਾ ਉਹਨਾਂ ਨੂੰ ਬਿਲਕੁਲ ਬਿਲਕੁਲ ਨਾ ਉਹਨੇ ਪੂਰਾ ਸਾਧਨ ਹੈ ਉਹ ਜਿਹੜੇ ਲੋਕ ਨੇ ਜਿਵੇਂ ਭਾਰਤੀ ਕਿਸਾਨ ਜਿਹਨੂੰ ਆਜ਼ਾਦ ਹੈ ਕ੍ਰਾਂਤੀਕਾਰੀ ਹੈ ਉਹ ਆਉਣ ਉਰੇ ਨਾਲ ਤਾਂ ਆਪਦੇ ਸਪਰੇਅ ਵਾਲੇ ਪੰਪ ਲਿਆਉਣ ਟਰੈਕਟਰ ਮਗਰ ਪਾ ਕੇ ਨਾਲ ਮਿੱਟੀ ਦਾ ਪ੍ਰਬੰਧ ਕਰਨ ਦੇ ਕਿੱਲਾਂ ਉੱਤੇ ਪਾਈ ਜਾਵੇ ਉਹ ਫੌਜ ਆ ਉਹਨਾਂ ਦੇ ਸਾਧਨ ਔਰ ਅੱਗੇ ਕਿੱਲ ਨੇ ਜਦੋਂ ਆਪਣੇ ਮੁੰਡੇ ਜਾ ਕੇ ਲੜਦੇ ਪੈਰਾਂ ਹੀ ਕਿੱਲ ਕੱਢ ਜਾਣ ਉਹਨਾਂ ਦੇ ਉਹਦੇ ਕਾਰਨ ਪਹਿਲਾਂ ਕਿੱਲਾਂ ਦੇ ਉੱਤੇ ਮਿੱਟੀ ਪਾਈ ਜਾਵੇ ਤੇ ਨਾਲ ਸਪਰੇਅ ਵਾਲੇ ਢੋਲੇ ਹੁਣ ਆਪਣੇ ਜਦੋਂ ਗੋਲਾ ਡਿੱਗਣ ਨੂੰ ਫਿਊਜ਼ ਦਿੱਤਾ ਜਾਵੇ ਹੋਰ ਇਹਦਾ ਨੁਕਸਾਨ ਕਰਾਉਣ ਦਾ ਕੋਈ ਫਾਇਦਾ ਨਹੀਂ ਜਿੰਨਾ ਮਰਜ਼ੀ ਨੁਕਸਾਨ ਕਰਾਉਣ ਆਪਣਾ ਬਿਲਕੁਲ ਇਹਦਾ ਆਪਣੇ ਮੁੰਡੇ ਨੇ ਇੱਕ ਇੱਕ ਮੁੰਡਾ ਕਿਹੜੇ ਕਿਹੜੇ ਪਿੰਡ ਨੇ ਨੇੜੇ ਜਿਨ੍ਹਾਂ ਨੂੰ ਤੁਸੀਂ ਇੱਥੇ ਬੇਨਤੀ ਕਰਦੇ ਹੋ ਪੱਤਣ ਏਰੀਆ ਸਾਰੀ ਖਨੌਰੀ ਏਰੀਆ ਠੀਕ ਹੈ ਪਰਾਂ ਤੋਂ ਹਰਿਆਣੇ ਦੇ ਮੁੰਡੇ ਜ਼ੋਰ ਲਾਰਨ ਲੱਗ ਰਹੇ ਨੇ ਉਹਨਾਂ ਨੇ ਵੀ ਟਿੱਪ ਟੁੱਪਰ ਭਰ ਕੇ ਮਿੱਟੀ ਤੇ ਖੜਾ ਰੱਖੇ ਨੇ ਜੀ ਸੋਨਾ ਰੱਖੇ ਨੇ